ਨੌਜਵਾਨਾਂ ਨੂੰ ਕਰਜ਼ੇ ਦੇ ਰਿਹਾ ਇਮਰਾਨ ਇਹ ਦੂਜੀ ਵਾਰੀ ਕਿਹਨੂੰ ਸਾਲ ਵਾਲੀ ਦੇ ਦੇ ਕਰਦਾ ਇਮਰਾਨ ਸਾਨੂੰ ਸਾਡੀ ਸੀਟ ਤੇ ਲਿਆ ਕੇ ਵੇਖੋ ਆ ਭਲਾ ਜੇ ਦੂਸਰੇ ਦਿਨ ਰੋਵੇਗਾ ਨਾ ਜੰਮਾ ਨਾਲ ਤੇ ਤਾਂ ਗੱਲ ਕਰਿਆ 5 ਸਾਲਾਂ ਬਾਅਦ ਵੀ ਇਹਨੇ ਜਾਣ ਲੱਗੇ ਆਈ ਕਹਿਣਾ ਕਿ 70 ਸਾਲਾਂ ਨਾਲ ਗੰਦ ਮੈਂ 5 ਸਾਲਾਂ ਦੀ ਕਿੰਨੇ ਭੁਗਤ ਲੈਣਾ ਨਾ ਕਿਸੇ ਦੀ ਸੈਲਰੀ ਬੜੀ ਆ ਲੋਕੀ ਮੁੰਡੇ ਰੱਖਣ ਦੀ ਬਜਾਏ ਮੁੰਡੇ ਕੱਢਣ ਦੇ ਉਹ ਤਾਂ ਇੱਕ ਸਾਲ ਜਿਹੜਾ ਨਾ ਔਖਾ ਸਾਲ ਹੈ ਕੱਢ ਲਓ ਇਹ ਤਾਂ ਪਿਛਲਾ ਸਾਲ ਵੀ ਆਂਦਾ ਸੀ ਔਖਾ 100 ਦਿਨ ਔਖਾ ਫਿਰ 200 ਦਿਨ ਔਖਾ 500 ਦਿਨ ਔਖਾ ਇਹ 5 ਸਾਲਾਂ ਬਾਅਦ ਵੀ ਇਹਨੇ ਜਾਣ ਲੱਗੇ ਆਈ ਕਹਿਣਾ ਕਿ 70 ਸਾਲਾਂ ਨਾਲ ਗੰਦ ਮੈਂ 5 ਸਾਲਾਂ 'ਚ ਕਿੰਨੇ ਭੁਗਤ ਲੈਣਾ ਸੀ ਇਹਨੂੰ ਮੈਂ ਕਿੰਜ ਠੀਕ ਕਰ ਸਕਣਾ ਇਹ ਸਾਰੇ ਵਜ਼ੀਰ ਇਹਦੇ ਚੋਰ ਨੇ ਇਹਦੇ ਨਾਲ ਰਲੇ ਚਲੋ ਠੀਕ ਹੋਣਾ ਇਹ ਆਪ ਹੀ ਠੀਕ ਹੋਣਾ ਮਗਰ ਅੱਗੋ ਦੇ ਇਹਦੇ ਨਾਲ ਜਿਹੜੇ ਬੰਦੇ ਨੇ ਸਾਰੇ ਸ਼ਰਫਦੌਰ ਵਾਲੇ ਹੀ ਨੇ ਸ਼ਰਫਦੌਰ 'ਚ ਵੀ ਲੈਣਾਂ ਲੱਗੀਆਂ ਹਨ ਆਟੇ ਦੀਆਂ ਅਤੇ ਹੁਣ ਵੀ ਲੱਗ ਗਈਆਂ ਨੇ ਮਸ਼ਰਫ ਦੇ ਦੌਰ 'ਚ ਚੀਨੀ ਦੀਆਂ ਲੈਣਾਂ ਲੱਗੀਆਂ ਹਨ ਹੁਣ ਵੀ ਲੱਗ ਗਈਆਂ ਅਤੇ ਹੋਰ ਸ਼ਾਵਾਂ ਦੀਆਂ ਵੀ ਲੈਣਾਂ ਇੰਝ ਹੀ ਲੱਗੀਆਂ ਰਹਿਣੀਆਂ ਨੇ ਅੱਗੇ ਸਿਵਲ ਹਸਪਤਾਲ ਫ੍ਰੀ ਦਵਾਈ ਮਿਲਦੀ ਸੀ ਹੁਣ ਕੋਈ ਸ਼ੈ ਨਹੀਂ ਲੱਭਦੀ ਇਹ ਰੇਹੜੀਆਂ ਦਾ ਹਾਲ ਵੇਖ ਲਓ ਨਹੀਂ ਆਉਂਦੇ ਨੇ ਕਿ ਜਿਹਨੂੰ ਭੁੱਖ ਲੱਗੀ ਉਹ ਲੰਗਰਖਾਨੇ ਤੋਂ ਜਾ ਕੇ ਖਾਏ ਲੰਗਰਖਾਨਾ ਤਾਂ ਬਾਬੇ ਖਾਲਦ ਨੇ ਵੀ ਖੋਲਿਆ ਇਹ ਤਾਂ ਗੱਲ ਕੋਈ ਨਹੀਂ ਉਹ ਤਾਂ ਘਰਾਂ 'ਚ ਵੀ ਦਿੰਦਾ ਵਾ ਵਿਚਾਰਾ ਨਹੀਂ ਇਮਰਾਨ ਖਾਨ ਵੀ ਪੂਰੇ ਪਾਕਿਸਤਾਨ 'ਚ ਕਹਿੰਦੇ ਨੇ ਲੰਗਰਖਾਨੇ ਉਹ ਉਂਝ ਸੌਦੇ ਹੀ ਸਸਤੇ ਕਰੇ ਹਾਂ ਲੰਗਰਖਾਨੇ ਖੋਲਣ ਦੀ ਕੀ ਲੋੜ ਹੈ ਠੀਕ ਹੈ ਲੋਕਾਂ ਨੂੰ ਜੋ ਮੰਗਣ ਵਾਲਾ ਬਣਾਉਣਾ ਉਹ ਆਪ ਹੀ ਮੰਗਦਾ ਪਿਆ ਬਾਹਰ ਦੇ ਮੁਲਕਾਂ 'ਚੋਂ ਠੀਕ ਹੈ ਹੈ ਇੱਥੇ ਲੋਕਾਂ ਨੂੰ ਵੀ ਮੰਗਣ 'ਤੇ ਲਾਉਣਾ ਉਹ ਜੇ ਮੰਗਣ 'ਤੇ ਲੱਗਣਾ ਤਾਂ ਲੋਕ ਆਪ ਹੀ ਮੰਗ ਲੈਣਗੇ ਤੈਨੂੰ ਕੋਈ ਵੱਖਰੀ ਸ਼ਾਇ ਲਾਉਣ ਦੀ ਲੋੜ ਕੀ ਹੈ ਉਹਦੇ ਸ਼ਵਾਸ਼ ਹੀ ਵੀ 2 ਰੁਪਏ ਦੀ ਰੋਟੀ ਲਾਈ ਸੀ ਹੈ ਉਦੋਂ ਭੈੜਾ ਸੀ ਉਦੋਂ ਕਰਪਸ਼ਨ ਸੀ ਹੁਣ ਇਹਨੇ ਲੰਗਰਖਾਨੇ ਖੋਲ੍ਹੇ ਨੇ ਤਾਂ ਠੀਕ ਹੈ ਇਹ ਜਿਹੜੇ ਪਨਾਹ ਗਾਵਾਂ ਖੋਲ੍ਹੀਆਂ ਨੇ ਕੀ ਹੈ ਕੁਝ ਵੀ ਨਹੀਂ ਹੈ ਪਨਾਹ ਗਾਵਾਂ ਕੋਈ ਸ਼ੈ ਨਹੀਂ ਬਿਸਤਰੇ ਚੁੱਕਦੇ ਨੇ ਤਾਂ ਘਰਾਂ ਨੂੰ ਇਹਨਾਂ ਆਪਣੇ ਵਾਸਤੇ ਪਨਾਹ ਗਾਵਾਂ ਖੋਲ੍ਹੀਆਂ ਨੇ ਕਿ ਇਹ ਪਨਾਹ ਗਾਵਾਂ ਖੋਲ੍ਹਾਂਗੇ ਤਾਂ ਕਰਪਸ਼ਨ ਹੋਏਗੀ ਕੋਈ ਵੀ ਕੰਮ ਕੋ ਕਰਦਾ ਨਾ ਤਾਂ ਆਪਣੀ ਕਰਪਸ਼ਨ ਕਰਨ ਵਾਸਤੇ ਕਰਦਾ ਇਹ ਮਾਝੇ ਚੌਂਕ ਤੋਂ ਲੈ ਕੇ ਨੂਰ ਮਸਜਿਦ ਤੱਕ ਸੇਵਰੇ 'ਚ ਬੰਦੇ ਇਹਦਾ ਕੀ ਕੌਣ ਜ਼ਿੰਮੇਦਾਰ ਹੈ ਇਹ ਮੱਛੀ ਬਾਜ਼ਾਰ ਅੱਗੇ ਡੇਲੀ ਪਾਣੀ ਖਲੋਤਾ ਹੁੰਦਾ ਮੇਨ ਬਾਜ਼ਾਰ 'ਚ ਡੇਲੀ ਪਾਣੀ ਖਲੋਤਾ ਹੁੰਦਾ ਅਗਲੇ ਸਪੈਸ਼ਲ ਮੋਟਰ ਲਿਆ ਕੇ ਰੱਖ ਛੜੀ ਹੈ ਜਦੋਂ ਪਾਣੀ ਖਲੋਂਦਾ ਉਹ ਮੋਟਰ ਲਾ ਲੈਂਦੇ ਨੇ ਇਹ ਸੀਵਰੇਜ ਵਾਲ ਕੰਮ ਕਰਨ ਜਿਹੜਾ ਕੰਮ ਕਰਨ ਵਾਲਾ ਇਹ ਕੀ ਹੈ ਫੜੋ 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 ਅਸਲਾਮੁਅਲੈਕਮ ਜੀ ਵਾਅਲੈਕਮ ਸਲਾਮ ਅੱਛਾ ਸਰ ਕਹਿ ਮਰੀਮ ਨਵਾਜ਼ ਨੂੰ ਬਾਹਰ ਇਜਾਜ਼ਤ ਜਾਣ ਦੇਣੀ ਚਾਹੀਦੀ ਹੈ ਕਿ ਨਹੀਂ ਜਾ ਕੇ ਆਪਣੇ ਪਿਓ ਦੀ ਜਿਹੜੀ ਹੈ ਉਹ ਹਾਲ ਚਾਲ ਪੁੱਛ ਲਵੇ ਅਸੋਲਾਂ ਦਰ ਤੇ ਭਾਜੀ ਧੀ ਨੂੰ ਪਿਓ ਕੋਲ ਜਾਣਾ ਚਾਹੀਦਾ ਪਤਾ ਲੈਣ ਅੱਗੋਂ ਨਹੀਂ ਅਸੀਂ ਜਾਣ ਦਿੰਦੇ ਤੇ ਸਾਡੀ ਇਹ ਜ਼ਿਆਦਤੀ ਹੈ ਅੱਛਾ ਸ਼ੇਖ ਰਸ਼ੀਦ ਕਹਿੰਦੇ ਅਗਰ ਅਸੀਂ ਜਾਣ ਦਈਏ ਗਵਰਨਮੈਂਟ ਨੇ ਉਹਨੂੰ ਜਾਣ ਦਿੱਤਾ ਮਰੀਮ ਨੂੰ ਅਤੇ ਇਹਤਸਾਬ ਦਾ ਅਮਲ ਰੁਕ ਜਾਏਗਾ ਇਹ ਤੇ ਚੋਰਾਂ ਨੂੰ ਜਿਹੜੀ ਹੈ ਨਾ ਆਜ਼ਾਦੀ ਦੇਣ ਵਾਲੀ ਗੱਲ ਹੈ ਇਹ ਚੋਰ ਜਿਹੜਾ ਮਰਜ਼ੀ ਆਈਏ ਮੇਰਿਆ ਭਰਾਵਾ ਇਹ ਵਕਤ ਇੰਜ ਹੀ ਰਹਿਣਾ ਮੈਂ ਭਾਵੇਂ ਜਿਹੜਾ ਮਰਜ਼ੀ ਆਈਏ ਗਰੀਬੀ ਇੰਜ ਦੀ ਇੰਜ ਹੀ ਵਧਣੀ ਹੈ ਜਿਹੜਾ ਅਮੀਰ ਉਹਨੇ ਅਮੀਰ ਹੁੰਦਿਆਂ ਜਾਣਾ ਜਿਹੜਾ ਗਰੀਬ ਨੇ ਗਰੀਬ ਹੁੰਦਿਆਂ ਜਾਂਦਾ ਟੁੱਕਰ ਕਿਸੇ ਨੂੰ ਰੱਜ ਕੇ ਕੋਈ ਖਾਣ ਦਿੰਦਾ ਨਹੀਂ ਇਮਰਾਨ ਖਾਨ ਕਹਿੰਦੇ ਆ ਕਿ ਮੈਂ ਮੇਰੀ ਪਾਲਿਸੀ ਐਸੀ ਹੈ ਕਿ ਜਨਾਬ ਸਾਰੀ ਖੁਸ਼ਹਾਲੀ ਹੋ ਜਾਏਗੀ ਇਸ ਸਾਲ ਦੇ ਅੰਦਰ ਅੰਦਰ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਹਰ ਪਾਸੇ ਜਿਹੜੀਆਂ ਨਾ ਦੁੱਧ ਸ਼ਹਿਦ ਦੀਆਂ ਨਹਿਰਾਂ ਵਗ ਜਾਣਗੀਆਂ 2 ਸਾਲ ਤੇ ਹੋ ਗਏ ਨੇ ਕੰਮ ਹੋਇਆ ਨਹੀਂ ਤੇ ਹੁਣ ਕਿਵੇਂ ਹੋਈਏਗਾ ਇਮਰਾਨ ਖਾਨ ਸਾਡੀ ਸੀਟ ਤੇ ਲਿਆ ਕੇ ਵੇਖੋ ਆ ਭਲਾ ਜੇ ਦੂਸਰੇ ਦਿਨ ਰੋਵੇਗਾ ਨਾ ਜੰਮਾ ਨਾਲ ਤੇ ਤਾਂ ਗੱਲ ਕਰਿਆ ਜੇ ਠੀਕ ਹੈ ਇਹ ਨਵਾਂ ਪਾਕਿਸਤਾਨ ਭਾਈ ਜਿਹੜਾ ਬਾਬੇ ਕਾਇਦਾ ਨੇ ਬਣਾਏ ਆ ਉਹ ਵੇਚਣ ਨੂੰ ਟੁਰੇ ਨੇ ਤੇ ਰੱਬ ਦਾ ਕਮਾਲ ਜਿਹੜਾ ਨਹੀਂ ਵਿਕਣ ਦਿੰਦਾ ਪਿਆ ਠੀਕ ਹੈ ਨਹੀਂ ਤੇ ਜਿਹੜਾ ਹੁਕਮਰਾਨ ਆਇਆ ਉਹਨੇ ਵੇਚਣ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਰੱਬ ਨੇ ਵੇਚਣ ਦਿੱਤੀ ਇੱਥੇ ਕਿਸੇ ਨੂੰ ਵੀ ਨਹੀਂ ਇਨਸਾਫ ਮਿਲਦਾ ਪਿਆ ਜਿਹਦੇ ਹੱਥ 'ਚ ਸੋਟੀ ਹੈ ਉਹਦਾ ਹੀ ਇਨਸਾਫ ਹੈ ਜਿਹਦੇ ਕੋਲ ਸੋਟੀ ਨਹੀਂ ਹੈ ਉਹ ਜ਼ਲੀਲ ਹੁੰਦਾ ਪਿਆ ਮੈਂ ਕਿਹਾ ਹੁਣ ਤੇ ਵਿਕਦਾ ਹੀ ਨਹੀਂ ਮਹਿੰਗਾਈ ਤੇ ਇੰਨੀ ਇਹਨੇ ਕਰਤੀ ਹੈ ਕਿ ਜੇ ਮਜ਼ਦੂਰ ਆਦਮੀ ਹੈ ਉਹ ਕਰੇ ਜਾਏ ਕਿਤੇ ਇੱਕ ਬੰਦਾ ਜੌਬ ਕਰਦਾ 14-15 ਹਜ਼ਾਰ ਰੁਪਇਆ ਲੈਂਦਾ ਉਹ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਨਾ 15 ਹਜ਼ਾਰ ਮਿਲਣਾ ਤੇ 15 ਹਜ਼ਾਰ ਮਸਾ ਘਰ ਪੂਰਾ ਨਹੀਂ ਹੁੰਦਾ ਇੱਕ ਅੰਡੇ ਕੱਟੇ ਬੱਚੇ ਬਿਲਕੁਲ ਸਭ ਕੁਝ ਤੇ ਦੇ ਰਿਹਾ ਕੀ ਦੇ ਰਿਹਾ ਕਿਸ ਤਰ੍ਹਾਂ ਦੇ ਰਿਹਾ ਕੀ ਰੇਟ ਹੋ ਗਿਆ ਉਹਨਾਂ ਦੇ ਦੌਰ 'ਚ ਕੀ ਰੇਟ ਸੀ ਹੁਣ ਕੀ ਰੇਟ ਨੇ ਤੁਸੀਂ ਸਮਝਦਾਰ ਹੋ ਕਿ ਉਹਨਾਂ ਦੇ ਦੌਰ 'ਚ ਹਰ ਬੰਦਾ ਖੁਸ਼ ਸੀ ਕੰਮ ਵੀ ਹੋ ਰਿਹਾ ਸੀ ਹਰ ਬੰਦਾ ਰਾਜ਼ੀ ਸੀ ਠੀਕ ਹੈ ਤੁਸੀਂ ਕਹਿ ਰਹੇ ਉਹਨਾਂ ਨੇ ਕਰਪਸ਼ਨ ਕੀਤੀ ਹੈ ਲੇਕਿਨ ਆਵਾਮ ਖੁਸ਼ ਸੀ ਇੱਧਰ ਆਵਾਮ ਬਹੁਤ ਨਾਰਾਜ਼ ਹੈ ਆਵਾਮ ਨਮਾਨ ਇਮਰਾਨ ਖਾਨ ਤੋਂ ਨਾਰਾਜ਼ ਹੈ ਕਿਚਨ ਦਾ ਸਮਾਨ ਜਿਹੜਾ 8-10 ਹਜ਼ਾਰ ਰੁਪਏ ਦਾ ਮੰਥਲੀ ਫਰਕ ਪੈ ਗਿਆ ਤੇ ਤਨਖਾਹ ਕੀ ਵਧੀ ਕਿਸੇ ਦੀ ਨਹੀਂ ਤਨਖਾਹ ਬੜੀ ਆਉਂਦੇ 1000 ਰੁਪਏ ਵੱਧ ਗਈ ਕਿਸੇ ਦੀ 1500 ਵੱਧ ਗਈ 10 ਹਜ਼ਾਰ ਦਾ ਖਰਚਾ ਵੱਧ ਗਿਆ 1500 ਤਨਖਾਹ ਵੱਧੀ ਤੇ ਆਵਾਮ ਕਿੱਥੇ ਜਾਏ ਮਜ਼ਦੂਰ ਆਦਮੀ ਤੁਸੀਂ ਦੱਸੋ ਹੁਣ ਗੁਜਰਾਂਵਾਲੇ ਦਾ ਸ਼ਹਿਰੀ ਹਾਂ ਮੈਂ ਇੱਧਰ ਆਇਆ ਰੋਜ਼ ਸ਼ਹਿਰੋਂ ਬਾਹਰ ਜਾਈਦਾ ਕੰਮ ਕਰੀਦਾ ਤਨਖਾਹ ਮੇਰੀ ਕੀ ਹੈ ਬੜੀ ਆਦਾ 18 ਹਜ਼ਾਰ ਰੁਪਇਆ ਮੇਰੀ ਤਾਂ ਸੈਲਰੀ ਹੈ ਤੇ ਪਤਾ ਵੀ ਨਹੀਂ ਚੱਲਦਾ ਘਬਰਾਣਾ ਨਹੀਂ
वो सारे जब से ही आए हैं खान साहब यही कह रहे हैं कि भराना नहीं और कुछ कह ही नहीं रहे, तो फिर महंगाई भी करी जा रहे हैं। यहाँ तो हो ना आवाम को रिलीफ दें, आवाम के लिए कुछ करें। इन्होंने कहा जी हम नौकरियां दिलवाएंगे, ना किसी की सैलरी बढ़ी है, लोग मुंडे रखने की बजाय मुंडे कढ़न दे ने। अल्लाह दियो बंदे हो, कम वधेगा तो मुंडे रखेंगे, तो जो कम वधना ही नहीं तो मुंडे किस तरह रखे। वो कहते जी साडा कम नहीं रहा, इन्हें रहन नहीं दिता, तो उधर फिर किस तरह गरीब आदमी किस तरह सरवाइव करेगा, जिसने जॉब करनी है वो कैसे सरवाइव करेगा। 2020 जड़ा है तब्दीली का साल है, खुशहाली का साल है, खुशहाली का साल कब का हम देख रहे हैं। चलो चलो खुशहाली का साल कुछ नजर आसार तो नजर आए, एकदम इतनी महंगाई कर दें आसार ही नहीं कोई नजर आ रहे, आसार एकदम मुश्किल हर बंदे पे डाल दी गई है, एकदम महंगाई इतनी हो गई है कि परेशानी का। असी ना इमरान वोट दिता है, ना नवाज शरीफ नूं दिता है, ना पीपल पार्टी नूं दिता है। वोट बंदे की गैरत दा हुंदा है, गैरत साढ़े च है ही कौन नहीं, माण दा हुंदा वोट। लोग पैसे लैके वोट देंदे ने, पर गलत ने लोग जिहड़े पैसे लैके वोट देंदे ने। उम्मीद अभी रखी नहीं किसी के मौला की जात है, उम्मीद रखी है जिन्हें टुकर देन का वादा किया है। बंदे के वस के बंदे किसी को पानी का घुट ना पीन दे कि मारिया, सिर्फ उन्होंने गल की वाम मार दी पई मारे नहीं, अभी वाम के नहीं, सिर्फ गरीबी के नहीं। तो फिर तुम की समझते हो कि गुरबत खत्म हो? गुरबत भाई कोई आएगा वह जहाँ उतली सीट तो रख के सिर लाने शुरू करे, फिर गुरबत मुकनी नहीं, देंज तो नहीं मुकनी। इमरान खान तो कोई उम्मीद नहीं, ये तो कोई उम्मीद नहीं है। वालेकुम अस्सलाम भाई, उधर ले सर। ओ यार मरियम नवाज नो इजाजत होनी चाहिए, बाहर जाने दियो, जितने मर्जी जात इजाजत दोगे साडे बाहर ला नहीं यार। अच्छा इजाजत अच्छा। होनी चाहिए कि नहीं मरियम नवाज नु जान दियो, जान दियो शेख रशीद ने अगर इनू जान दिता तो फिर इत्तेसाब दा अमल रुक जाएगा। जान दियो कोई अमल नहीं रुकना, अपनी विकड़ी पई है दे लिये। रशीद कहता है कि अगर मरियम को जान दिता तो इहतसाब खत्म हो जाएगा, सारे चोर डाकू नस जाएंगे। फिर अरे जो जाने देना चाहिए, वो उसकी बेटी है, उसके पास उसको लाजमी जाना चाहिए, उसकी हालत खराब है। अगर शेख रशीद की हालत खराब हो, अगर उसके कोई खून को इधर रोके तो उसको अच्छा लगेगा, एक मिसाल है। उसकी हालत जो खराब हो, अब ये तो कह रहे हैं ना कि बीमारी का बहाना ही है, ये तो बंदा जो बीमार हो उसको पता होता है ना कि मैं बीमार हूँ भाई। अच्छा सर मरियम नवाज नूं नवाज शरीफ की तीमारदारी वास्ते जान की इजाजत होनी चाहिए कि नहीं? जाना चाहिए वे। क्यों जाना चाहिए? क्यों जाना चाहिए? हो सकता है आखिरी लमखे हो, मिलना तो चाहिए ना। नहीं तो फिर सारिया दी सारे जो कैदी ने सारिया के जो धियां ने उन्होंने इजाजत होनी चाहिए है। नहीं इन्हें चंगा कुछ किया, जरा ਕੰਨ ਨੇ ਸਾਰਾ ਪੈਸਾ ਲੁੱਟ ਕੇ ਖਾ ਗਿਆ। ਕੋਈ ਵੀ ਨਹੀਂ ਲੁੱਟ ਕੇ, ਇਮਰਾਨ ਹਾਂ ਥੋੜਾ ਲੁੱਟਦਾ ਜੇ ਪਿਆ, ਅੱਲਾ ਦੇ ਬੰਦੇ ਤੂੰ ਵੀ ਹੱਥੀ ਲੁੱਟਦਾ ਜੇ। ਆ ਰੇਟ ਲਿਸਟ ਤੇ 74 ਰੁਪਏ ਚੀਨੀ ਲਿਖੀ ਏ ਤੇ ਤੋੜਾ ਮਿਲਦਾ ਵਿੱਚ 4000 ਦਾ, ਉਹਨੇ ਕਿੱਥੋਂ ਦੇਣੀ ਆ 80 ਰੁਪਏ ਕਿਲੋ ਤੋੜੇ 'ਚ ਪੈਣ ਡਈ ਏ। ਓਏ ਇਹਨਾਂ ਦੇ ਕੀ ਕਰ ਲਿਆ ਨੇ, ਸਾਢੇ 3 ਸਾਲ ਅੰਦਰ ਰੱਖਿਆ ਨੇ ਇਹਨਾਂ ਨੂੰ, ਕੀ ਲਿਆ ਨੇ? ਜੇ ਚੋਰ ਨੇ ਤੇ ਇਹਨਾਂ ਕੋਲ ਲਿਆ ਕੀ ਨੇ? ਉਹ ਕਹਿੰਦੇ ਨੇ ਕਿ ਅਗਰ ਸ਼ੇਖ ਰਸ਼ੀਦ ਆਂਦਾ ਕਿ ਮਰੀਮ ਨਵਾਜ਼ ਨੂੰ ਅਗਰ ਇਜਾਜ਼ਤ ਦੇ ਦੇ। ਸ਼ੇਖ ਰਸ਼ੀਦ ਆਪ ਵੀ ਬੜਾ ਵੱਡਾ ਚੋਰ ਜੀ, ਉਹਨੂੰ ਕੀ ਕਹਿਣਾ ਜੇ? मकान देने के फार्म इन्हें अरबा रुपया कट्ठा होया, कि लै गया है? दिता हो कि मकान एक भी
ਇਹ ਹੁਣ ਇਮਰਾਨ ਖਾਨ ਦੇ ਕੰਮ ਤੇ ਨਹੀਂ ਨਾ ਕਿ ਉਹਨੇ ਆ ਕੇ ਸੇਵਰਾ ਹੀ ਠੀਕ ਕਰਨਾ ਹੈ। ਇਮਰਾਨ ਖਾਨ ਨੇ ਨਹੀਂ ਕਰਨਾ, ਮਗਰ ਨੁਮਾਇੰਦੇ ਦੇ ਹੈ ਕਿ ਨਹੀਂ ਹੈ। ਠੀਕ ਹੈ, ਇਹ ਹੁਣ ਇਹ ਜ਼ਿਲ੍ਹਾ ਸਿਆਲਕੋਟ ਦੇ ਗੁਜਰਾਂਵਾਲਾ ਇਹ ਪੁਰਾਣੇ ਪਾਕਿਸਤਾਨ 'ਚ ਰਹਿ ਗਿਆ, ਇੱਥੇ ਟੂਲ ਪਲਾਜ਼ੇ ਲੱਗ ਗਏ ਨੇ, ਹੋਰ ਕਿਤੇ ਲੱਗੇ ਨੇ ਟੂਲ ਪਲਾਜ਼ੇ ਦੱਸੋ? ਹਾਂ ਇੱਥੇ ਹੀ ਲੱਗੇ ਨੇ ਨਾ, ਸਿਆਲਕੋਟ ਗੁਜਰਾਂਵਾਲੇ ਰੋਡ 'ਤੇ ਲੱਗੇ ਨੇ, ਸਿਆਲਕੋਟ ਵਜ਼ੀਰਾਬਾਦ ਰੋਡ 'ਤੇ ਲੱਗ ਗਏ ਨੇ, ਸਿਆਲਕੋਟ ਪਸਰੂਰ ਰੋਡ 'ਤੇ ਲੱਗ ਗਏ ਨੇ। ਇਹ ਪੁਰਾਣੇ ਪਾਕਿਸਤਾਨ 'ਚ ਰਹਿ ਗਏ, ਇਹਨਾਂ ਨੂੰ ਟੂਲ ਪਲਾਜ਼ੇ ਲਾ ਦਿੱਤੇ ਨੇ। ਮਹਿੰਗਾਈ ਘੱਟ ਕਰਨ ਆ ਲੋਕਾਂ ਨੂੰ ਕੀ ਹੈ, ਫੜੋ 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 ਇਹਨਾਂ ਨੂੰ ਫੜ ਲਓ, ਤੇਜ਼ਾਬਜ਼ਾਦ ਦੇ ਵਿੱਚ ਲੋਕਾਂ ਦੀਆਂ ਦੁਕਾਨਾਂ ਢਾਈ ਜਾਓ, ਮਕਾਨ ਢਾਈ ਜਾਓ, ਜਾਂ ਇਹਨਾਂ ਨੂੰ ਮੁਸ਼ਕਿਲ ਦਿਓ ਇਹਨਾਂ ਰੋਜ਼ਗਾਰ। ਇਹ ਜਿਹੜਾ ਰੋਜ਼ਗਾਰ ਦੇਣਾ ਇਹ ਦਿੱਤਾ ਕਿ ਹੋਣੀ, ਹੋ ਹਾਲੇ ਤੱਕ ਇੱਕ ਬੰਦੇ ਨੂੰ ਪੈਸੇ ਨਹੀਂ ਮਿਲੇ, ਆਉਂਦੇ ਜੀ ਰੋਜ਼ਗਾਰ ਦੇਣਾ, ਦੇ ਨਾ ਰੋਜ਼ਗਾਰ ਇਹਨਾਂ ਰੇਹੜੀਆਂ ਦੇਣ, ਦੁਕਾਨਾਂ ਲੈ ਕਿਤੇ ਕਿਤੇ ਦੁਕਾਨਾਂ ਬਣਾ ਦੇਣ। 100 ਜਗ੍ਹਾ ਹੈ ਸਰਕਾਰੀ ਜਗ੍ਹਾ ਇੱਥੇ ਡਸਕੇ ਦੇ ਵਿੱਚ ਵੀ ਦੇਣ, ਇਹਨਾਂ ਨੂੰ ਜਿਹੜੇ ਮਾੜੇ ਬੰਦੇ ਨੇ ਉਹਨਾਂ ਨੂੰ ਪੈਸੇ ਦੇਣ ਕਿਸ਼ਤਾਂ ਦੇ, ਉਹ ਮਕਾਨ ਲੈਣ, ਮਕਾਨ ਹੀ ਲੈ ਦੇਣ ਉਹਨਾਂ ਨੂੰ, ਰਜਿਸਟਰੀਆਂ ਕੋਲ ਰੱਖਣ, ਜਦੋਂ ਪੈਸੇ ਦੇ ਦੇਣਗੇ ਉਦੋਂ ਉਹਨਾਂ ਨੂੰ ਰਜਿਸਟਰੀਆਂ ਦੇ ਦੇਣ।